ਡੰਡਾ ਲੈ ਕੇ ਖੜੇ ਆ ਭਾਜੀ, ਦੋ ਤਿੰਨ ਡੰਡੇ ਦਿਓ, ਸਫੈਦੇ ਦੇ ਡੰਡੇ ਦਿਓ। ਚੀਕ ਚਿਹਾੜੇ ਦੀਆਂ ਇਹ ਤਸਵੀਰਾਂ ਉਹਨਾਂ ਲੋਕਾਂ ਦੀਆਂ ਨੇ ਜਿਨ੍ਹਾਂ ਦੇ ਘਰ ਅੱਗ ਦੀ ਲਪੇਟ ਵਿੱਚ ਆ ਕੇ ਸਵਾਹ ਹੋ ਗਏ। ਇਹਨਾਂ ਦੇ ਘਰਾਂ ਨੂੰ ਭਿਆਨਕ ਅੱਗ ਲੱਗੀ। ਦੇਖਦੇ ਹੀ ਦੇਖਦੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ਤੇ ਪੁੱਜੇ, ਜਿਨ੍ਹਾਂ ਨੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਇਹਨਾਂ ਦੇ ਘਰ ਦਾ ਇੱਕ ਇੱਕ ਸਮਾਨ ਰਾਖ ਹੋ ਚੁੱਕਿਆ ਸੀ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਇਹ ਅੱਗ ਦਾ ਕਹਿਰ ਨਜ਼ਰ ਆਇਆ। ਇਹ ਲੋਕ ਮਿਹਨਤ ਮਜ਼ਦੂਰੀ ਕਰਨ ਦੇ ਲਈ ਪੰਜਾਬ ਆਏ ਹੋਏ ਸੀ, ਆਪਣੀਆਂ ਝੁੱਗੀਆਂ ਬਣਾ ਕੇ ਰਹਿ ਰਹੇ ਸੀ। ਉਹਨਾਂ ਝੁੱਗੀਆਂ ਦੇ ਵਿੱਚ ਅੱਗ ਦੀ ਐਸੀ ਚੰਗਿਆੜੀ ਬਲੀ ਜਿਸ ਨੇ ਇਹਨਾਂ ਦੇ ਘਰ ਸਵਾਹ ਕਰ ਦਿੱਤੇ, ਔਰ ਇਹਨਾਂ ਦੇ ਪਸ਼ੂ ਜੋ ਇਹਨਾਂ ਨੇ ਰੱਖੇ ਹੋਏ ਸੀ ਉਹਨਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ, ਬੁਰੇ ਤਰੀਕੇ ਦੇ ਨਾਲ ਝੁਲਸ ਗਏ ਨੇ। ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਘਰ ਦੇ ਵਿੱਚ ਅਨੇਕਾਂ ਤਰ੍ਹਾਂ ਦਾ ਸਮਾਨ ਸੀ ਜੋ ਹੁਣ ਸਵਾਹ ਹੋ ਚੁੱਕਿਆ। ਤਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਜਿਹੜੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਹਾਲੇ ਵੀ ਜੁਟੇ ਹੋਏ ਨੇ। ਅੱਗ ਕਿਹੜੇ ਕਾਰਨਾਂ ਦੇ ਕਰਕੇ ਲੱਗੀ, ਕਿਵੇਂ ਇਹਨਾਂ ਦੇ ਘਰ ਜਲ ਗਏ, ਇਸ ਬਾਰੇ ਪਤਾ ਕੀਤਾ ਜਾ ਰਿਹਾ। ਫਿਲਹਾਲ ਇਹਨਾਂ ਝੁੱਗੀਆਂ ਦੇ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹੁਸ਼ਿਆਰਪੁਰ ਦੇ ਵਿੱਚ ਇਸ ਅੱਗ ਨੇ ਆਪਣਾ ਆਤੰਕ ਮਚਾਇਆ। ਕੋਈ ਨਾ